ਗੁਰਬਾਣੀ ਵਿਚਾਰ ਪ੍ਰੋਗਰਾਮ ਦੇ ਵਿੱਚ ਦਰਸ਼ਕਾਂ ਦਾ ਨਿੱਘਾ ਸਵਾਗਤ। ਆਓ ਪ੍ਰੋਗਰਾਮ ਦੀ ਸ਼ੁਰੂਆਤ ਗੁਰਫਤਿਹ ਦੀ ਸਾਂਝ ਨਾਲ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸਾਡੇ ਸਟੂਡੀਓ ਦੇ ਵਿੱਚ ਭਾਈ ਹਰਜਿੰਦਰ ਸਿੰਘ ਜੀ ਮਾਝੀ ਪਹੁੰਚੇ ਹੋਏ ਹਨ ਅਤੇ ਆਪਾਂ ਉਹਨਾਂ ਕੋਲੋਂ ਇਹ ਜਾਣਨ ਦੀ ਕੋਸ਼ਿਸ਼ ਕਰਾਂਗੇ ਵੀ ਗੁਰਬਾਣੀ ਅਨੁਸਾਰ ਕੁੜਿਆਰ ਕੀ ਆ ਅਤੇ ਸੁਚਿਆਰ ਕੀ ਆ ਅਤੇ ਕੁੜਿਆਰ ਤੋਂ ਸੁਚਿਆਰ ਕਿਵੇਂ ਬਣਿਆ ਜਾ ਸਕਦਾ। ਭਾਈ ਹਰਜਿੰਦਰ ਸਿੰਘ ਜੀ, ਤੁਹਾਡਾ ਸਟੂਡੀਓ 'ਚ ਆਉਣ ਲਈ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਛਾ ਭਾਈ ਹਰਜਿੰਦਰ ਸਿੰਘ ਜੀ, ਤਾਂ ਗੁਰਬਾਣੀ ਦੇ ਵਿੱਚ ਸ਼ੁਰੂ ਦੇ ਵਿੱਚ ਹੀ ਸ਼ਬਦ ਆਉਂਦਾ ਆ ਵੀ ਕਿਵ ਸੁਚਿਆਰੇ ਹੋਈਏ ਕਿਵ ਕੂੜੇ ਟੁੱਟੇ ਪਾਓ, ਅਤੇ ਅੱਗੇ ਜਦੋਂ ਜਾਈਦਾ ਅਤੇ ਕੁੜਿਆਰ ਦੀ ਵੀ ਪਰਿਭਾਸ਼ਾ ਗੁਰੂ ਪਾਤਸ਼ਾਹ ਨੇ ਸੀ, ਕੁੜਿਆਰ ਕੌਣ ਆ ਅਤੇ ਸੁਚਿਆਰ ਕੌਣ ਆ, ਅਤੇ ਇਹਨੂੰ ਤੁਸੀਂ ਡਿਸਕ੍ਰਾਈਬ ਕਰੋਗੇ ਸੰਗਤ ਦੇ ਨਾਲ ਸਾਂਝਾ ਕਰੋ ਭਾਈ ਕੁੜਿਆਰ ਕੌਣ ਆ ਅਤੇ ਸੁਚਿਆਰ ਕੌਣ ਆ, ਅਤੇ ਜੇ ਅਸੀਂ ਕੁੜਿਆਰ ਹਾਂ ਤਾਂ ਸੁਚਿਆਰ ਕਿਵੇਂ ਬਣ ਸਕਦਾ ਮਨੁੱਖ। ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਬਾਣੀ ਪੜ੍ਹਦੇ ਹਾਂ, ਵਿਚਾਰਦੇ ਹਾਂ, ਇੱਕ ਗੱਲ ਸਾਨੂੰ ਸਪੱਸ਼ਟ ਹੁੰਦੀ ਆ ਕਿ ਗੁਰੂ ਸਾਹਿਬ ਦੋ ਤਰ੍ਹਾਂ ਦੇ ਲੋਕਾਂ ਦਾ ਜ਼ਿਕਰ ਕਰਦੇ ਨੇ ਜਿਹੜਾ ਆਪਣਾ ਅੱਜ ਦਾ ਟੌਪਿਕ ਹੈ, ਇੱਕ ਸੁਚਿਆਰ ਅਤੇ ਦੂਜੇ ਕੁੜਿਆਰ। ਉਹ ਸੁਚਿਆਰਾਂ ਦੀ ਰੱਜ ਕੇ ਸਿਫਤ ਕਰਦੇ ਨੇ ਅਤੇ ਕੁੜਿਆਰਾਂ ਦੀ ਜਿਹੜੀ ਭੈੜੀ ਹਾਲਤ ਆ ਵਿਆਹਦੇ ਆ। ਸਤਿਗੁਰੂ ਪਾਤਸ਼ਾਹ ਦੀ ਬਾਣੀ ਦੇ ਵਿੱਚ ਗੌੜੀ ਕੀ ਵਾਰ ਦੇ ਵਿੱਚ ਗੁਰੂ ਰਾਮਦਾਸ ਪਾਤਸ਼ਾਹ ਦਾ ਪਾਵਨ ਬਚਨ ਹੈ, ਤੂੰ ਸੱਚਾ ਸਾਹਿਬ ਸੱਚ ਹੈ, ਸੱਚ ਸੱਚੇ ਭਾਵ ਹੈ, ਜੋ ਤੁਧ ਸੱਚ ਸਲਾਹਦੇ, ਤਿੰਨ ਜਮ ਕੰਕਰ ਨੇੜ ਨਾ ਆਵੇ, ਤਿੰਨ ਕੇ ਮੁੱਖ ਦਰ ਉਜਲੇ, ਜਿਨ ਹਰ ਹਿਰਦੈ ਸੱਚਾ ਭਾਵ ਹੈ, ਕੂੜਿਆਰ ਪਿਛਾਹਾਂ ਸੱਟੀਆਂ, ਕੂੜ ਹਿਰਦੈ ਕਪਟ ਮਹਾਂ ਦੁੱਖ ਪਾਵੇ, ਮੋਹ ਕਾਲੇ ਕੂੜਿਆਰੀਆਂ, ਕੂੜਿਆਰ ਕੂੜੋ ਹੋਏ ਜਾਵੇ। ਇਸ ਪੌੜੀ ਦੇ ਵਿੱਚ ਸੱਚੇ ਪਾਤਸ਼ਾਹ ਨੇ ਦੋਨਾਂ ਪੱਖਾਂ ਦੀ ਗੱਲ ਕੀਤੀ ਆ ਵੀ ਸੁਚਿਆਰ ਕਿੰਨੇ ਸਤਿਕਾਰਯੋਗ ਨੇ ਅਤੇ ਕਿਵੇਂ ਬਣਦੇ ਨੇ ਅਤੇ ਕੁੜਿਆਰਾਂ ਦੀ ਕਿਹੜੀ ਭੈੜੀ ਹਾਲਤ ਹੁੰਦੀ ਆ। ਠੀਕ ਹੈ ਜੀ, ਹੁਣ ਪਾਤਸ਼ਾਹ ਸ਼ੁਰੂਆਤ ਕਰਦੇ ਨੇ, ਤੂੰ ਸੱਚਾ ਸਾਹਿਬ ਸੱਚ ਹੈ, ਸੱਚ ਸੱਚੇ ਭਾਵ ਹੈ। ਵਾਹਿਗੁਰੂ ਜੀ ਤੁਸੀਂ ਸੱਚੇ ਹੋ, ਆਪਾਂ ਜਿੰਨੇ ਜੀਵ ਹਾਂ, ਪਾਤਸ਼ਾਹ ਨੇ ਬਾਣੀ 'ਚ ਦੱਸਿਆ ਵੀ ਸਾਡਾ ਮਕਸਦ ਜਿਹੜਾ ਹੈ ਉਸ ਅਵਿਨਾਸੀ ਵਰ ਦੀ ਪ੍ਰਾਪਤੀ ਹੈ, ਜਿਹਨੂੰ ਗੁਰੂ ਰਾਮਦਾਸ ਪਾਤਸ਼ਾਹ ਸੂਹੀ ਰਾਗ ਦੇ ਵਿੱਚ ਕਹਿੰਦੇ ਨੇ, ਜਨ ਨਾਨਕ ਬੋਲੇ ਚੌਥੀ ਲਾਵੇ, ਹਰ ਪਾਇਆ ਪ੍ਰਭ ਅਵਿਨਾਸ਼ੀ, ਹੈ ਨਾ। ਅਤੇ ਪਾਤਸ਼ਾਹ ਕਹਿੰਦੇ ਨੇ ਵੀ ਪਰਮਾਤਮਾ ਸੱਚ ਹੈ ਅਤੇ ਜੇ ਅਸੀਂ ਉਹਦੇ ਨਾਲ ਮੈਰਿਜ ਕਰਾਉਣੀ ਹੈ, ਅਵਿਨਾਸ਼ੀ ਵਰ ਨੂੰ ਪ੍ਰਾਪਤ ਕਰਨਾ ਹੈ, ਤਾਂ ਸਾਨੂੰ ਉਹਦੀ ਪਸੰਦ ਦਾ ਪਤਾ ਹੋਣਾ ਚਾਹੀਦਾ ਵੀ ਉਹਦੀ ਪਸੰਦ ਕੀ, ਕਿਉਂਕਿ ਸੁਹਾਗਣ ਪਤਨੀ ਉਹ ਹੁੰਦੀ ਆ ਜਿਹੜੀ ਆਪਣੀ ਪਤੀ ਦੀ ਪਸੰਦ ਬਣ ਜਾਂਦੀ। ਸਾਡਾ ਉਹ ਪਤੀ ਹੈ ਅਤੇ ਅਸੀਂ ਉਹਦੀ ਪਸੰਦ ਬਣਨਾ। ਹੁਣ ਗੁਰੂ ਰਾਮਦਾਸ ਸਾਹਿਬ ਇੱਥੇ ਦੱਸਦੇ ਨੇ ਉਹਦੀ ਪਸੰਦ ਇੱਕੋ ਪੰਕਤੀ ਵਿੱਚ, ਤੂੰ ਸੱਚਾ ਸਾਹਿਬ ਸੱਚ ਹੈ, ਸੱਚ ਸੱਚੇ ਭਾਵ ਹੈ। ਸੱਚੇ ਨੂੰ ਸੱਚ ਪਸੰਦ ਹੈ। ਸੱਚ ਕੀ ਹੈ? ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਸਤਿਗੁਰ ਕੀ ਬਾਣੀ, ਸੱਤ ਸਰੂਪ ਹੈ, ਗੁਰਬਾਣੀ ਬਣੀ ਹੈ। ਮਤਲਬ ਪਰਮਾਤਮਾ ਸੱਚ ਹੈ, ਪਰਮਾਤਮਾ ਦੀ ਪਸੰਦ ਸੱਚ ਹੈ, ਗੁਰਬਾਣੀ ਸੱਚ ਹੈ। ਸੌਖੇ ਲਫਜ਼ਾਂ 'ਚ ਆਪਾਂ ਕਹਿ ਸਕਦੇ ਹਾਂ, ਗੁਰਬਾਣੀ ਮੁਤਾਬਕ ਜ਼ਿੰਦਗੀ ਜਿਉਣ ਵਾਲੇ ਪਰਮਾਤਮਾ ਨੂੰ ਚੰਗੇ ਲੱਗਦੇ ਆ। ਠੀਕ ਹੈ ਜੀ, ਹੈ ਨਾ ਜੀ। ਅਤੇ ਹੁਣ ਸੱਚ ਇਹ ਹੈ ਅਤੇ ਜਿਹੜੇ ਉਹ ਸੱਚੇ ਨੇ ਉਹ ਸੱਚੇ ਨੂੰ ਹੀ ਸੱਚਾ ਮੰਨਦੇ ਨੇ, ਉਸੇ ਨੂੰ ਹੀ ਆਪਣਾ ਖਸਮ ਭਾਵ ਪਤੀ ਮੰਨਦੇ ਨੇ, ਅਤੇ ਉਹ ਜਿਹੜੇ ਅਵਤਾਰਵਾਦੀ ਸੋ ਕਾਲਡ ਆਪਣੇ ਆਪ ਨੂੰ ਰੱਬ ਬਣਾ ਕੇ ਪੇਸ਼ ਕਰਦੇ ਨੇ ਉਹਨਾਂ ਨੂੰ ਉਹ ਨਹੀਂ ਮੰਨਦੇ। ਉਹ ਬਿਲਕੁਲ ਨਹੀਂ ਜੀ, ਉਹ ਤਾਂ ਸਿਰਫ ਅਤੇ ਸਿਰਫ ਸੱਚ। ਠੀਕ ਹੈ ਜੀ, ਅਤੇ ਜਦੋਂ ਉਹ ਸੱਚ ਨਾਲ ਜੁੜ ਗਏ ਉਹ ਕੀ ਹੈ, ਪਾਤਸ਼ਾਹ ਕਹਿੰਦੇ ਨੇ ਉਹਨਾਂ ਨੂੰ ਹਰ ਤਰ੍ਹਾਂ ਦੇ ਡਰ ਜਿਹੜੇ ਨੇ, ਜੋ ਤੁਧ ਸੱਚ ਸਲਾਹ ਦੇ ਤਿੰਨ ਜਮ ਕੰਕਰ ਨੇੜਨਾ। ਜਿਹੜੀ ਤੁਸੀਂ ਅਵਤਾਰਵਾਦ ਦੀ ਗੱਲ ਕੀਤੀ ਆ, ਤੁਸੀਂ ਨੋਟ ਕਰੋ ਵੀ ਇਹੀ ਜਮ ਨੇ, ਇਹ ਬਹੁਤ ਵੱਡੇ ਜਮ ਹੈ ਜੀ। ਇਹ ਇਹਨਾਂ ਨੂੰ ਮੰਨਿਆ ਕਿਉਂ ਜਾ ਰਿਹਾ? ਠੀਕ ਹੈ, ਵੈਸੇ ਤਾਂ 33 ਕਰੋੜ ਦੀ ਲੰਮੀ ਲਿਸਟ ਹੈ, ਮੈਨੂੰ ਤਾਂ ਖੈਰ ਕਿਸੇ ਨੇ ਉਹ ਲਿਸਟ ਕਿਸੇ ਨੇ ਨਹੀਂ ਦਿੱਤੀ, ਪਰ ਮੈਂ ਇਸ ਟੀ ਵੀ ਦੇ ਜ਼ਰੀਏ ਵੀ ਬੇਨਤੀ ਕਰਦਾ, ਬੜੇ ਸੂਝਵਾਨ ਸਰੋਤੇ ਵਿਦਵਾਨ ਸੱਜਣ ਬੈਠੇ ਹੋਣਗੇ, ਵੀ 33 ਕਰੋੜ ਦੇ ਨਾਂ ਕਿਸੇ ਦੇਵੀ ਦੇਵਤਿਆਂ ਦੇ ਕਿਸੇ ਕੋਲ ਹੋਣ ਤਾਂ ਮੈਨੂੰ ਜ਼ਰੂਰ ਘੱਟੋ ਘੱਟ ਮੇਰੇ ਤੱਕ ਪਹੁੰਚਾ ਦਿਓ, ਹੈ ਨਾ। ਫਿਰ ਉਹਨਾਂ ਦਾ ਉਹ ਅਗਲਾ ਵਰਣਨ ਆਪਾਂ ਬਾਅਦ 'ਚ ਪੁੱਛ ਲਾਂਗੇ ਵੀ ਕਿੱਥੇ ਉਹ ਮੀਟਿੰਗਾਂ ਕਰਦੇ ਨੇ, ਕਿਹੜੇ ਹਾਲ 'ਚੋਂ ਬੈਠਦੇ ਨੇ, ਹੈ ਨਾ। ਉਹ ਬਹੁਤ ਵੱਡਾ ਇੱਕ ਹੈਗਾ, ਉਹ ਇੱਕ ਵੱਖਰਾ ਸਬਜੈਕਟ। ਪਰ ਜਿਹੜੇ ਤਿੰਨ ਨੇ, ਜਿਹੜੀ ਅਵਤਾਰਵਾਦ ਦੀ ਤਿੰਨ ਜਿਹੜੀ ਭਾਰਤੀ ਸੰਸਕ੍ਰਿਤੀ ਮੰਨਦੀ ਆ ਵੀ ਇੱਕ ਜਨਮ ਦਿੰਦਾ, ਦੂਜਾ ਪਾਲਦਾ, ਤੀਜਾ ਮਾਰਦਾ, ਜੇ ਆਪਾਂ ਇਮਾਨਦਾਰੀ ਨਾਲ ਦੇਖਦੇ ਹਾਂ ਤਾਂ ਇਹ ਗੁਰਮਤ ਤਾਂ ਇਸ ਗੱਲ 'ਤੇ ਕਾਟਾ ਫੇਰਦੀ ਆ, ਬਿਲਕੁਲ ਬਿਲਕੁਲ ਗਲਤ ਗੱਲ ਬਈ ਇਹ ਹੈ ਹੀ ਨਹੀਂ। ਹੁਣ ਗੁਰੂ ਪਰ ਜਿਹੜੇ ਮੰਦਰ ਇਹਨਾਂ ਦੇ ਬਣੇ ਆ, ਮੈਂ ਇਸ ਲਈ ਇਸ਼ਾਰਾ ਦੇਣਾ ਚਾਹੁੰਦਾ ਵੀ ਇਹਦੇ ਵਿੱਚ ਮਨੁੱਖ ਅਸਲ ਦੇ ਵਿੱਚ ਡਰਿਆ ਹੋਇਆ। ਜਦੋਂ ਸੱਚ ਨਾਲ ਜੁੜ ਗਏ, ਪਾਤਸ਼ਾਹ ਕਹਿੰਦੇ ਨੇ ਫਿਰ ਡਰ ਨਹੀਂ ਲੱਗਦਾ, ਜੋ ਤੁਧ ਸੱਚ ਸਲਾਹ ਦੇ ਤਿੰਨ ਜਮ ਕੰਕਰ ਨੇੜ ਨਾ ਆਵੇ। ਠੀਕ ਹੈ, ਤੁਸੀਂ ਨੋਟ ਕਰੋ ਵੀ ਬ੍ਰਹਮਾ ਦੇ ਮੰਦਰ ਨੇ ਬਣੇ, ਬ੍ਰਹਮਾ ਦੀ ਪੂਜਾ ਹੁੰਦੀ ਆ,
ਬ੍ਰਹਮਾ ਨਾਲੋਂ ਜ਼ਿਆਦਾ ਪੂਜਾ ਵਿਸ਼ਨੂੰ ਦੀ ਹੁੰਦੀ ਹੈ ਅਤੇ ਸਭ ਤੋਂ ਵੱਧ ਪੂਜਾ ਮੇਰੇ ਆਈਡੀਆ ਮੁਤਾਬਕ ਸ਼ਿਵ ਜੀ ਦੀ ਹੁੰਦੀ ਹੈ। ਉਹਦਾ ਕਾਰਨ ਕੀ ਆ? ਲੋਕਾਂ ਦੀ ਮਾਨਸਿਕਤਾ ਹੈ ਵੀ ਬ੍ਰਹਮਾ ਜਨਮ ਦਿੰਦਾ। ਹੁਣ ਬ੍ਰਹਮਾ ਤਾਂ ਜਨਮ ਦੇ ਹੀ ਚੁੱਕਿਆ, ਲੋਕ ਸੋਚਦੇ ਨੇ ਉਹਦੇ ਨਾਲ ਤਾਂ ਕੋਈ ਲੈਣਾ ਦੇਣਾ ਨਹੀਂ, ਉਹਦੀ ਪੂਜਾ ਬਹੁਤ ਘੱਟ ਆ। ਬ੍ਰਹਮਾ ਨਾਲੋਂ ਵਿਸ਼ਨੂੰ ਦੀ ਪੂਜਾ ਜਿਹੜੀ ਆ ਉਹ ਇਸ ਕਰਕੇ ਜ਼ਿਆਦਾ ਹੈ ਕਿਉਂਕਿ ਉਹ ਪਾਲਣ ਪੋਸ਼ਣ ਕਰਦਾ ਮੰਨਿਆ ਜਾਂਦਾ। ਠੀਕ ਹੈ, ਲੋਕਾਂ ਦੀ ਸਵਾਰਥੀ ਸੋਚ ਹੈ, ਚੱਲ ਪਾਲਣ ਪੋਸ਼ਣ ਚੱਜ ਨਾਲ ਹੋਜੂਗਾ। ਠੀਕ ਹੈ, ਸਭ ਤੋਂ ਵੱਧ ਜਿਹੜੇ ਪੁਜਾਰੀ ਨੇ ਸ਼ਿਵਜੀ ਦੇ ਇਸ ਕਰਕੇ ਨੇ ਕਿਉਂਕਿ ਸ਼ਿਵਜੀ ਸਭ ਤੋਂ ਖਤਰਨਾਕ ਕੰਮ ਜਿਹੜਾ ਉਹਨੂੰ ਦਿੱਤਾ ਹੋਇਆ ਲੋਕਾਂ ਨੇ, ਪੁਜਾਰੀ ਨੇ ਜਿਹੜਾ ਦਿੱਤਾ, ਉਹ ਮਾਰਦਾ ਤੇ ਮੌਤ ਤੋਂ ਸਾਰੇ ਡਰਦੇ ਨੇ, ਸਾਰੇ ਡਰਦੇ ਹਨਾ। ਇਸ ਲਈ ਪੁਜਾਰੀ ਐਡਾ ਛਾਤਰ ਆ ਵੀ ਉਹਨੇ ਜਿਹੜੀ ਸ਼ਿਵਜੀ ਦੀ ਪੂਜਾ ਵੀ ਕਰਵਾਈ ਆ ਉਹ ਵੀ ਬੜੀ ਖਤਰਨਾਕ ਹੈ ਹਨਾ। ਤੇ ਉਹ ਪੂਜਾ ਹੀ ਕਿਹੋ ਜਿਹੀ ਹੈ ਆਪਣੇ ਆਪ ਦੇ ਵਿੱਚ ਹੀ, ਉਹ ਬੜੀ ਸ਼ਰਮਨਾਕ ਗੱਲ ਹੈਗੀ ਆ। ਮਤਲਬ ਉਹਨੇ ਕਿਵੇਂ ਲੋਕਾਂ ਦਾ ਮਜ਼ਾਕ ਉਡਾਇਆ। ਠੀਕ ਹੈ, ਉਹ ਪੂਜਾ ਸਿਵ ਲਿੰਗ ਦੀ ਪੂਜਾ ਕਰਾਉਂਦਾ ਹੈ, ਕਿਹੋ ਜਿਹਾ ਖਤਰਨਾਕ ਹਨਾ। ਫਿਰ ਜਦੋਂ ਅਸੀਂ ਪੂਜਾ ਹੀ ਇਹੋ ਜਿਹੀ ਕਰ ਰਹੇ ਹਾਂ ਫਿਰ ਦੁਰਾਚਾਰ ਦੀਆਂ ਘਟਨਾਵਾਂ, ਕਿਉਂਕਿ ਜਿਹੋ ਜਿਹੀ ਅਸੀਂ ਪੂਜਾ ਕਰਦੇ ਹਾਂ ਉਹੋ ਜਿਹੇ ਹੋ ਗਏ। ਹੁਣ ਬੰਦੇ ਸ਼ਿਵਜੀ ਨੂੰ ਪੂਜ ਰਹੇ ਨੇ ਜਾਂ ਅਵਤਾਰਵਾਦ ਦੀ ਗੱਲ ਕਰ ਰਹੇ ਨੇ, ਇਹਦਾ ਮਤਲਬ ਉਹ ਡਰੇ ਹੋਏ ਨੇ। ਗੁਰੂ ਸਾਹਿਬ ਕਹਿੰਦੇ ਨੇ ਜੋ ਤੁਧ ਸੱਚ ਸਲਾਹ ਦੇ ਤਿੰਨ ਜਮ ਕੰਕਰ ਨੇੜਦਾ। ਜਦੋਂ ਮੌਤ ਦਾ ਡਰ ਹੀ ਦਿਮਾਗ ਚੋਂ ਨਿਕਲ ਗਿਆ ਤਾਂ ਦੂਜੇ ਕਿਸੇ ਵੀ ਪੂਜਣ ਦਾ ਜਿਹੜਾ ਖਿਆਲ ਵੀ ਪੈਦਾ ਨਹੀਂ ਹੁੰਦਾ। ਠੀਕ ਹੈ, ਪਰ ਇਹ ਸੱਚ ਦੇ ਰਸਤੇ ਵਿੱਚ ਤਿੰਨ ਵੱਡੀਆਂ ਰੁਕਾਵਟਾਂ ਮੈਨੂੰ ਮਹਿਸੂਸ ਹੁੰਦੀਆਂ। ਕਿਹੜੀਆਂ ਕਿਹੜੀਆਂ? ਉਹਦੇ 'ਚ ਪਹਿਲਾ ਜੀ ਮੌਤ ਦਾ ਡਰ, ਦੂਜਾ ਹੈ ਪ੍ਰਭਤਾ, ਤੀਜਾ ਲਾਲਚ। ਠੀਕ ਹੈ, ਕਿਉਂਕਿ ਪਾਤਸ਼ਾਹ ਦੀ ਬਾਣੀ ਦਾ ਫੈਸਲਾ, ਜੇ ਕੋ ਬੋਲਿਆ ਸੱਚ ਕੂੜਾ ਜਲ ਜਾਵੇ। ਠੀਕ ਹੈ ਜੀ। ਹੁਣ ਜਦੋਂ ਗੁਰੂ ਨਾਨਕ ਸਾਹਿਬ ਸੱਚ ਬੋਲਦੇ ਨੇ ਤਾਂ ਉਹ ਸੱਚ ਦੀ ਪਹਿਲੀ ਸਟੇਜ ਸ਼ਮਸ਼ਾਨ ਭੂਮੀ ਦੇ ਵਿੱਚ ਲਾਉਂਦੇ ਆ। ਸ਼ਮਸ਼ਾਨ ਭੂਮੀ 'ਚ ਬੈਠ ਕੇ ਕਹਿੰਦੇ ਨੇ ਨਾ ਹਮ ਹਿੰਦੂ ਨਾ ਮੁਸਲਮਾਨ। ਇੱਕ ਬਹੁਤ ਵੱਡਾ ਮੈਸੇਜ ਦੇ ਰਹੇ ਨੇ ਦੁਨੀਆਂ ਨੂੰ ਵੀ ਜੇ ਤੁਸੀਂ ਸੱਚ ਦੇ ਰਸਤੇ ਚੱਲਣਾ ਤਾਂ ਮੰਨ ਕੇ ਚੱਲੋ ਵੀ ਅਸੀਂ ਸ਼ਮਸ਼ਾਨ ਭੂਮੀ ਜਾ ਆਏ। ਮੌਤ ਨਾਲ ਸਮਝੌਤਾ ਕਰਨ ਤੋਂ ਬਾਅਦ ਜਿਹੜੀ ਆ ਸੱਚ ਦੀ ਗੱਲ ਸ਼ੁਰੂ ਹੁੰਦੀ ਹੈ। ਬਿਲਕੁਲ, ਕਿਉਂਕਿ ਸਮਾਜ ਵਿੱਚ ਕੂੜਿਆਰ ਲੋਕ ਬਹੁਤ, ਕੂੜੇ ਨੇ ਜਲਣਾ ਜਦੋਂ ਸੱਚ ਬੋਲੋ, ਕੂੜੇ ਦਾ ਤੰਦਰ ਫੁੱਕ ਜਾਣੇ ਜੀ, ਉਹਨੇ ਤੁਹਾਨੂੰ ਡਰਾਉਣਾ। ਠੀਕ ਹੈ, ਗੁਰੂ ਸਾਹਿਬ ਨੂੰ ਵੀ ਇਸ ਗੱਲ ਦਾ ਪਤਾ, ਮੈਨੂੰ ਡਰਾਉਣ ਵਾਸਤੇ ਆਉਣਗੇ ਬਾਬਰ ਹੋਰੀ ਵਿਪਰ ਜਿਹੜੇ ਨੇ ਵਹਿਮਾਂ ਭਰਮਾਂ 'ਚ ਪਾ ਕੇ ਲੁੱਟਣ ਵਾਲੇ ਲੋਕ ਨੇ, ਜਦੋਂ ਮੈਂ ਲੋਕਾਂ ਨੂੰ ਗਿਆਨ ਦੀ ਗੱਲ ਦੱਸੂਗਾ ਤਾਂ ਉਹ ਡਰਾਉਣ ਵਾਸਤੇ ਮੇਰੇ ਕੋਲ ਆਉਣਗੇ। ਠੀਕ ਹੈ, ਪਾਤਸ਼ਾਹ ਸੱਚ ਦਾ ਪ੍ਰਚਾਰ ਸ਼ਮਸ਼ਾਨ ਭੂਮੀ ਤੋਂ ਸ਼ੁਰੂ ਕਰਦੇ। ਠੀਕ ਹੈ, ਇਹ ਵੱਡੀ ਰੁਕਾਵਟ ਹੈ ਮੌਤ ਦਾ ਡਰ। ਦੂਜਾ ਹੈ ਜੀ ਪ੍ਰਭਤਾ। ਬੰਦਾ ਕਈ ਵਾਰੀ ਕੀ ਹੈ ਵੀ ਸੱਚ ਦੇ ਰਸਤੇ 'ਤੇ ਚੱਲਦਾ, ਠੀਕ ਹੈ, ਫਿਰ ਉਹਦੀਆਂ ਸਿਫਤਾਂ ਹੀ ਇੰਨੀਆਂ ਕਰ ਦਿੱਤੀਆਂ ਜਾਂਦੀਆਂ ਨੇ ਝੂਠੇ ਲੋਕਾਂ ਵੱਲੋਂ, ਜਾਂ ਉਹਨੂੰ ਕੋਈ ਅਹੁਦਾ ਮਿਲ ਗਿਆ ਤਾਂ ਬੰਦਾ ਬਾਈਪਾਸ ਲੰਘਣਾ ਸ਼ੁਰੂ ਹੋ ਜਾਂਦਾ ਹੌਲੀ ਹੌਲੀ ਕਰਕੇ, ਵੀ ਚਲੋ ਸੱਚ ਦੀ ਗੱਲ ਦਾ ਕੀ ਬੈਨੀਫਿਟ ਆਪਾਂ ਨੂੰ, ਅਤੇ ਆਪਣਾ ਸਤਿਕਾਰ ਲੋਕ ਕਰ ਰਹੇ ਨੇ। ਇਸ ਕਰਕੇ ਤੁਸੀਂ ਸਿੱਖ ਸਮਾਜ ਦੇ ਅੰਦਰ ਦੇਖੋਗੇ ਬੜੇ ਬੰਦੇ ਜਿਨ੍ਹਾਂ ਨੂੰ ਸਿਧਾਂਤਕ ਤੌਰ 'ਤੇ ਪੂਰੀ ਜਾਣਕਾਰੀ ਹੈ, ਸਪਸ਼ਟ ਨੇ ਉਹ, ਪਰ ਇਹਦੇ ਬਾਵਜੂਦ ਵੀ ਉਹ ਹਕੀਕਤ ਜਿਹੜੀ ਸੰਗਤ ਦੇ ਸਾਹਮਣੇ, ਕਈ ਸਿੱਖ ਪ੍ਰਚਾਰਕ ਵੀ ਨੇ ਜਿਨ੍ਹਾਂ ਨੂੰ ਸਭ ਕੁਝ ਪਤਾ ਹੈ ਵੀ ਸਿਧਾਂਤ ਇਹ ਹੈ, ਪਰ ਇਹਦੇ ਬਾਵਜੂਦ ਵੀ ਉਹ ਛੁਪਾ ਕੇ ਆਪਣੇ ਆਪ ਨੂੰ ਚੱਲਦੇ ਨੇ ਵੀ ਚਲੋ ਛੱਡੋ ਤਾਂ ਜੋ ਸਾਰਿਆਂ 'ਚ ਸਾਡੀ ਬਣੀ ਰਹੇ। ਅੱਛਾ, ਤੁਹਾਡੇ ਕਹਿਣ ਤੋਂ ਮੁਰਾਦ ਵੀ ਇਸ ਤਰ੍ਹਾਂ ਦੇ ਪ੍ਰਚਾਰਕ ਵੀ ਹੈ ਨੇ ਜਿਨ੍ਹਾਂ ਨੂੰ ਪਤਾ ਵੀ ਆ ਪਰ ਉਹ ਬੋਲਣਾ ਨਹੀਂ ਚਾਹੁੰਦੇ? ਉਹ ਫਿਰ ਕਿਹੜੀ ਕੈਟਾਗਰੀ 'ਚ ਆਉਂਦੇ ਨੇ? ਉਹ ਜਿਹੜੀ ਕੈਟਾਗਰੀ ਹੈ ਜੀ, ਜਿਵੇਂ ਕੁੜਿਆਰ ਵਾਲੀ 'ਚ ਆਉਣ, ਕੁੜਿਆਰ ਦੀ ਆਪਾਂ ਗੱਲ ਅੱਗੇ ਚੱਲ, ਇਹ ਕੁੜਿਆਰ ਹੈ ਜਦੋਂ ਤਿੰਨ ਰਸਤੇ ਨੇ ਜਿਹੜੇ, ਤਿੰਨ ਰੁਕਾਵਟਾਂ, ਮੌਤ ਦਾ ਡਰ, ਪ੍ਰਭਤਾ, ਲਾਲਚ, ਇੱਥੇ ਬੰਦਾ ਕਿਤੇ ਵੀ ਅਟਕ ਗਿਆ, ਭਾਵੇਂ ਉਹ ਮੌਤ ਤੋਂ ਡਰਦਾ ਝੂਠ ਵਾਲੇ ਪਾਸੇ ਤੁਰ ਪਿਆ, ਭਾਵੇਂ ਉਹ ਪ੍ਰਭਤਾ 'ਚ ਆ ਕੇ ਤੁਰ ਪਿਆ, ਜਾਂ ਫਿਰ ਉਹ ਲਾਲਚ 'ਚ ਫਸ ਗਿਆ, ਤਾਂ ਉਹ ਨਾਲ ਦੀ ਨਾਲ ਕੁੜਿਆਰ 'ਚ ਸ਼ਾਮਿਲ ਹੋ ਗਿਆ। ਠੀਕ ਹੈ ਨਾ ਜੀ। ਤੀਸਰਾ ਜਿਹੜੀ ਵੱਡੀ ਰੁਕਾਵਟ ਜਿਹਦੀ ਆਪਾਂ ਗੱਲ ਕਰਦੇ ਹਾਂ ਉਹ ਹੈ ਲਾਲਚ। ਲਾਲਚ ਦੇ ਉੱਤੇ ਤਾਂ ਮੈਂ ਅਕਸਰ ਇੱਕ ਕਹਾਣੀ ਕਹਿਣਾ ਹੁੰਦਾ, ਦੋ ਤੋਤਿਆਂ ਦੀ ਗੱਲ ਆ। ਹੁਣ ਤੋਤਿਆਂ ਦੇ ਮੈਂ ਨਾਮ ਵਰਤ ਰਿਹਾ, ਇਹ ਆਪਣੇ ਸਰੋਤੇ ਜਿਹੜੇ ਸੂਝਵਾਨ ਨੇ ਉਹ ਆਪ ਅੰਦਾਜ਼ਾ ਲਗਾ ਲੈਣਗੇ ਵੀ ਮੈਂ ਕਿਹੜੇ ਤੋਤਿਆਂ ਦੀ ਗੱਲ ਕਰਦਾ। ਠੀਕ ਹੈ। ਇੱਕ ਤੋਤਾ ਬੋਰਡ 'ਤੇ ਬੈਠਾ ਮਾਟੀਆਂ ਖਾ ਰਿਹਾ, ਦੂਜਾ ਤੋਤਾ ਪਿੰਜਰੇ 'ਚ ਬੈਠਾ ਚੂਰੀ ਖਾ ਰਿਹਾ। ਹੁਣ ਚੂਰੀ ਖਾਣ ਵਾਲਾ ਤੋਤਾ ਮਾਟੀਆਂ ਵਾਲੇ ਨੂੰ ਪੁੱਛਦਾ, ਕਹਿੰਦਾ ਵੀ ਤੈਨੂੰ ਤਾਂ ਨਹੀਂ ਪਤਾ ਮੈਂ ਕੀ ਖਾ ਰਿਹਾ, ਇਹ ਚੂਰੀ ਹੈ ਦੇਸੀ ਘਿਓ 'ਚ ਤਿਆਰ ਕੀਤੀ ਹੋਈ। ਠੀਕ ਹੈ। ਤੂੰ ਤਾਂ ਮਾਟੀਆਂ ਨਾਲ ਹੀ ਮੱਥੇ ਮਾਰੀ ਜਾਂਦਾ, ਮਾਟੀਆਂ ਖਾਣਾ। ਮਾਟੀਆਂ ਵਾਲਾ ਤੋਤਾ ਚੁੱਪ ਰਿਹਾ, ਪਰ ਇਹ ਫਿਰ ਛੇੜੀ ਜਾਂਦਾ ਉਹਨੂੰ। ਠੀਕ ਹੈ। ਕਹਿੰਦਾ ਤੂੰ ਮੇਰੀ ਗੱਲ ਨਹੀਂ ਸੁਣਦਾ, ਆਹ ਚੂਰੀ ਹੈ ਤੈਨੂੰ ਤਾਂ ਪਤਾ ਨਹੀਂ, ਇਹ ਬੜੀ ਸਵਾਦ ਹੈ। ਆਖਰ ਮਾਟੀਆਂ ਵਾਲੇ ਤੋਤੇ ਨੇ ਜਵਾਬ ਬੜਾ ਸੋਹਣਾ ਦਿੱਤਾ, ਉਹ ਕਹਿੰਦਾ ਤੈਨੂੰ ਸ਼ਰਮ ਆਉਣੀ ਚਾਹੀਦੀ ਹੈ, ਤੂੰ ਚੂਰੀ ਤੈਨੂੰ ਸਵਾਦ ਲੱਗ ਰਹੀ ਹੈ ਉਹ ਵੀ ਪਿੰਜਰੇ 'ਚ ਬਹਿ ਕੇ। ਕਹਿੰਦਾ ਮੈਨੂੰ ਪਿੰਜਰੇ 'ਚ ਬੈਠਣਾ ਪਸੰਦ ਨਹੀਂ, ਮੈਨੂੰ ਨਹੀਂ ਚੂਰੀ ਸਵਾਦ ਲੱਗਣੀ ਪਿੰਜਰੇ 'ਚ, ਮੈਂ ਆਜ਼ਾਦੀ ਪਸੰਦ ਆ, ਮੈਨੂੰ ਮਾਟੀਆਂ ਵਧੀਆ ਲੱਗਦੀਆਂ। ਠੀਕ ਹੈ। ਸਾਡੀ ਕੌਮ ਦੇ ਤੋਤੇ ਮੈਨੂੰ ਮਹਿਸੂਸ ਹੁੰਦਾ ਬਹੁਤੇ ਜਿਹੜੇ ਚੂਰੀ 'ਤੇ ਲੱਗ ਚੁੱਕੇ ਆ। ਠੀਕ ਹੈ। ਉਹ ਚੂਰੀ ਜਿਹੜੀ ਹੈ
ਉਹਦੇ ਰੂਪ ਕਈ ਨੇ, ਠੀਕ ਹੈ, ਅਹੁਦਿਆਂ ਦੇ ਰੂਪ 'ਚ ਮਿਲ ਰਹੀ ਹੈ, ਪੈਸੇ ਦੇ ਰੂਪ 'ਚ ਮਿਲ ਰਹੀ ਹੈ, ਸਿਫਤਾਂ ਦੇ ਰੂਪ 'ਚ ਮਿਲ ਰਹੀ ਹੈ। ਔਰ ਜੇ ਆਪਾਂ ਚੂਰੀ ਦੇ ਕ੍ਰਿਸ਼ਮੇ ਸਾਂਝੇ ਕਰਨੇ ਹੋਣ ਸਰੋਤਿਆਂ ਦੇ ਨਾਲ, ਮੈਨੂੰ ਲੱਗਦਾ ਕਈ ਪ੍ਰੋਗਰਾਮ ਇਸੇ ਟੌਪਿਕ ਦੇ ਉੱਤੇ ਚਲੇ ਜਾਂਦੇ। ਚੂਰੀ ਕਿੰਨੇ ਕੁ ਹੁੰਦੀ ਹੈ, ਚੂਰੀ ਕਿੰਨਿਆਂ ਕੁ ਨੂੰ ਮਿਲੀ ਹੈ, ਅਤੇ ਚੂਰੀ ਨੇ ਸਾਡਾ ਨੁਕਸਾਨ ਕਿੰਨਾ ਕੀਤਾ, ਚੂਰੀ ਨੇ ਸਾਡੇ ਸ਼ਹੀਦਾਂ ਦਾ ਅਪਮਾਨ ਕਰਵਾਇਆ, ਚੂਰੀ ਨੇ। ਹੁਣ ਵੇਖੋ ਇੱਕ ਉਦਾਹਰਣ ਮੈਂ ਜ਼ਰੂਰ ਦੇ ਦਿਆਂ, ਬਾਬਾ ਜਰਨੈਲ ਸਿੰਘ ਜੀ ਪਿੰਡਰਾਂ ਵਾਲੇ 1984 ਦੇ ਵਿੱਚ ਸ਼ਹੀਦ ਹੁੰਦੇ, ਸ਼ਹੀਦ ਹੁੰਦੇ ਨੇ, ਹਾਂਜੀ। ਪਰ ਸਾਡੇ ਲੋਕਾਂ ਨੇ ਮੰਨ ਕੇ ਨਹੀਂ ਦਿੱਤਾ, ਜਿਹੜੇ ਕੌਮ ਦੇ ਠੇਕੇਦਾਰ ਬਣੇ ਹੋਏ ਸੀ, ਉਹ ਕਹਿੰਦੇ ਨਹੀਂ ਸ਼ਹੀਦ ਨਹੀਂ ਹੋਏ, ਸ਼ਹੀਦ ਨਹੀਂ ਹੋਏ। ਹੁਣ ਆ ਕੇ ਕਹਿੰਦੇ ਨੇ ਸ਼ਹੀਦ ਹੋ ਗਏ, ਠੀਕ ਹੈ। ਜੇ ਇਹਨਾਂ ਨੂੰ ਪੁੱਛੇ ਵੀ ਸ਼ਹੀਦ ਹੁਣ ਹੋਏ ਨੇ, ਕਹਿੰਦੇ ਨਾ ਜੀ 1984 ਚ ਹੋ ਗਏ ਸੀ, ਉਦੋਂ ਹੀ ਕਿਉਂ ਨਹੀਂ ਮੰਨਿਆ। ਮੈਨੂੰ ਇਹ ਮਹਿਸੂਸ ਹੁੰਦਾ ਵੀ ਇਹ ਸਭ ਚੂਰੀ ਦੀ ਗੜਬੜ ਕੀਤੀ ਹੋਈ, ਨਹੀਂ ਇਹ ਹੁਣ ਮੰਨਣ ਲੱਗ ਗਏ ਨੇ ਲੋਕ, ਅਜੇ ਵੀ ਨਹੀਂ ਮੇਰਾ ਤੇ ਖਿਆਲ। ਇਹਨਾਂ ਦੇ ਵਿੱਚ ਵੀ ਜਿਹੜੇ ਕੁਝ ਬੰਦੇ ਅੱਜ ਵੀ ਦਾਅਵਾ ਕਰ ਰਹੇ ਨੇ ਕਿ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲੇ ਜਿਹੜੇ ਨੇ, ਉਹ ਸਰੀਰਕ ਤੌਰ 'ਤੇ ਚੜ੍ਹਦੀ ਕਲਾ 'ਚ ਨੇ ਅਤੇ ਚੜ੍ਹਦੀ ਕਲਾ ਦੀਆਂ ਅਰਦਾਸਾਂ ਕਰਵਾ ਰਹੇ ਨੇ। ਅੱਛਾ, ਇਹ ਜਿਹੜੀ ਚੂਰੀ ਆ ਇਹ ਕਿਹੜੇ ਰੂਪ 'ਚ? ਇਹ ਜਿਹੜੀ ਚੂਰੀ ਹੈਗੀ ਆ ਜੀ, ਪੈਸਿਆਂ ਦੇ ਰੂਪ 'ਚ ਕਹਿ ਸਕਦੇ ਹਾਂ, ਹੈ ਨਾ, ਅਹੁਦਿਆਂ ਦੇ ਰੂਪ 'ਚ, ਪੈਸਿਆਂ ਅਤੇ ਅਹੁਦਿਆਂ ਦੇ ਰੂਪ 'ਚ ਇਹ ਚੂਰੀ ਜਿਹੜੀ ਮਿਲੀ ਹੋਈ ਹੈ। ਠੀਕ ਹੈ, ਤੁਸੀਂ ਇੱਕ ਮਿੰਟ ਵਾਸਤੇ ਇਸ ਗੱਲ ਨੂੰ ਸੋਚੋ, ਜੇ ਮੰਨ ਲਿਆ ਜਾਵੇ ਉਹਨਾਂ ਦੀ ਇਸ ਗੱਲ ਨੂੰ, ਅਤੇ ਮੈਂ ਉਹਨਾਂ ਲੋਕਾਂ ਨੂੰ ਇੱਥੋਂ ਇੱਕ ਮੈਸੇਜ ਦੇਣਾ ਚਾਹੁੰਦਾ ਜਿਹੜੇ ਬਾਬਾ ਜਰਨੈਲ ਸਿੰਘ ਭਿੰਡਰਾਂ ਨੂੰ ਸਰੀਰਕ ਤੌਰ 'ਤੇ ਕਹਿੰਦੇ ਆ, ਹੈ ਨਾ, ਇਹ ਚੂਰੀ ਦੇ ਕ੍ਰਿਸ਼ਮਿਆਂ 'ਚ ਆਪਾਂ ਗੱਲ ਕਰ ਰਹੇ ਹਾਂ, ਹਾਲਾਂਕਿ ਆਪਣਾ ਟੋਟਲ ਜਿਹੜਾ ਟੌਪਿਕ ਇਹ ਨਹੀਂ ਹੈਗਾ। ਠੀਕ ਹੈ, ਅਤੇ ਵੀ ਤੁਸੀਂ ਐਂ ਕਰੋ, ਜੇ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲੇ ਤੁਹਾਨੂੰ ਮਿਲਦੇ ਨੇ, ਤਾਂ ਉਹਨਾਂ ਨੂੰ ਕਿਰਪਾ ਕਰਕੇ ਇੱਕ ਮੈਸੇਜ ਜ਼ਰੂਰ ਦੇ ਦਿਓ ਵੀ ਬਾਬਾ ਜੀ ਕਿ ਤੁਸੀਂ ਲੁਕੇ ਰਹੋ, ਕਿਉਂਕਿ ਜੇ ਤੁਸੀਂ ਹੁਣ ਆ ਜਾਂਦੇ ਹੋ ਤੁਸੀਂ ਤਾਂ ਫਿਰ ਲੌਂਗੋਵਾਲ ਤੋਂ ਵੀ ਵੱਡੇ ਕਰਤਾਰ ਸਾਹਿਬ ਤੋਂ ਹੁੰਦੇ ਹੋ, ਉਹਨਾਂ ਦੀ ਸ਼ਹਾਦਤ ਰੋਲੀ ਜਾ ਰਹੀ ਹੈ, ਉਹਨਾਂ ਦਾ ਪਵਿੱਤਰ ਜੀਵਨ ਹੈ, ਜਿਹੜੇ ਮਤਲਬ ਪੰਥ ਵਸੇ ਮੈਂ ਉੱਜੜਾਂ, ਮਨ ਚਾਹੋ ਹਨੇਰਾ ਦੀ ਸੋਚ ਦੇ ਧਾਰਨੀ ਨੇ, ਉਹਨਾਂ ਨੂੰ ਅਸੀਂ ਮਤਲਬ ਛੁਪੇ ਹੋਏ ਲੁਕੇ ਛੁਪੇ ਸਾਬਤ ਕਰ ਰਹੇ ਹਾਂ। ਇੱਕ ਪਾਸੇ ਬੱਸਾਂ ਦੇ ਵਿੱਚ ਸਾਡੀਆਂ ਧੀਆਂ ਭੈਣਾਂ ਦੀਆਂ ਜਿਹੜੀਆਂ ਇੱਜ਼ਤਾਂ ਰੋਲ ਰਹੀਆਂ ਨੇ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਥਾਂ ਥਾਂ 'ਤੇ ਹੋ ਰਹੀ ਹੈ, ਅਤੇ ਉਹ ਛੁਪੇ ਹੋਏ ਨੇ, ਕਦੀ ਵੀ ਨਹੀਂ ਹੋ ਸਕਦਾ। ਇਹ ਸੋਚਣਾ ਹੀ ਮੈਨੂੰ ਤਾਂ ਮਹਾਂਪਾਪ ਲੱਗਦਾ। ਬਿਲਕੁਲ, ਇਹ ਚੂਰੀ ਦੇ ਕ੍ਰਿਸ਼ਮੇ ਹੈ ਜੀ, ਤਿੰਨ ਵੱਡੇ, ਠੀਕ, ਅਤੇ ਚੂਰੀ ਨੇ ਸਾਰੀ ਗੜਬੜ ਕੀਤੀ ਹੋਈ ਹੈ। ਉਹ ਵਿਰਾਸਤ ਏ ਖਾਲਸਾ 'ਚ ਹੀਰ ਰਾਂਝੇ ਦੀਆਂ ਫੋਟੋਆਂ ਲਾਉਂਦੀ ਹੈ ਚੂਰੀ, ਗੁੱਗੇ ਦੀਆਂ ਫੋਟੋਆਂ ਜਿਹੜਾ ਇੱਥੇ ਆਨੰਦਪੁਰ ਸਾਹਿਬ ਬਣਾਇਆ, ਠੀਕ ਹੈ ਨਾ, ਉਹ ਚੂਰੀ ਹੈ ਜਿਹੜੀ ਸਿੱਖਾਂ ਦੀ ਵੱਖਰੀ ਹਸਤੀ ਦੇ ਪ੍ਰਤੀਕ ਮੂਲ ਨਾਨਕਸ਼ਾਹੀ ਕੈਲੰਡਰ ਦਾ ਕਤਲ ਕਰਵਾਉਂਦੀ ਹੈ ਸਾਡੇ ਬੰਦਿਆਂ ਤੋਂ, ਠੀਕ ਹੈ, ਇਹ ਸਭ ਚੂਰੀ ਨੇ ਗੜਬੜ ਕੀਤੀ, ਠੀਕ ਹੈ। ਇਹ ਤਿੰਨ ਜਿਹੜੀਆਂ ਵੱਡੀਆਂ ਰੁਕਾਵਟਾਂ ਨੇ। ਹੁਣ ਪਾਤਸ਼ਾਹ ਕਹਿੰਦੇ ਨੇ ਤਿੰਨ ਕੇ ਮੁੱਖ ਦਰ ਉਜਲੇ, ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ ਵਾਹਿਗੁਰੂ ਜੀ ਦੀਆਂ ਨਜ਼ਰਾਂ 'ਚ ਉਹ ਪ੍ਰਵਾਨ ਹੁੰਦੇ ਨੇ ਜਿਨ ਹਰ ਹਿਰਦੈ ਸੱਚਾ ਭਾਵ ਹੈ। ਕੀ ਬਾਤ, ਮਤਲਬ ਸੱਚ ਇਕੱਲਾ ਜੀਵ ਤੋਂ ਵੀ ਨਹੀਂ ਹੁੰਦਾ, ਸੱਚ ਦਾ ਸੰਬੰਧ ਜਿਹੜਾ ਹਿਰਦੇ ਨਾਲ। ਇਤਿਹਾਸ ਦੀਆਂ ਦੋ ਸੋਹਣੀਆਂ ਉਦਾਹਰਨਾਂ ਆਪਣੇ ਕੋਲ ਨੇ। ਹੁਣ ਤੁਸੀਂ ਵੇਖੋ, ਗੰਗੂ ਮੁਰਿੰਡੇ ਜਾ ਕੇ ਕਹਿੰਦਾ ਵੀ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰ ਕੌਰ ਮੇਰੇ ਘਰੇ ਨੇ ਜੀ, ਇਹ 'ਚ ਝੂਠ ਤਾਂ ਕੋਈ ਨਹੀਂ, ਉਹਦੇ ਆਪਣੇ ਘਰੇ ਨੇ, ਬਿਲਕੁਲ। ਪਰ ਅਸੀਂ ਫਿਰ ਵੀ ਗੰਗੂ ਨੂੰ ਕਦੇ ਸਚਿਆਰ ਨਹੀਂ ਕਹਾਂਗੇ, ਕਿਉਂਕਿ ਉਹਦੇ ਅੰਦਰ ਝੂਠ, ਉਹਦੇ ਕਪਟ ਆ, ਉਹਦੇ ਅੰਦਰ ਕਪਟ ਹੈ, ਲਾਲਚ ਹੈ, ਲਾਲਚ 'ਚ ਲਿਬੜ ਕੇ ਜਿਹੜਾ ਬੋਲਿਆ ਹੋਇਆ ਸੱਚ ਹੈ ਉਹ ਤਾਂ ਝੂਠ ਨਾਲੋਂ ਵੀ ਭੈੜਾ, ਬਿਲਕੁਲ ਝੂਠ ਦਾ ਹੀ ਰੂਪ ਹੈ। ਅਤੇ ਦੂਜੇ ਪਾਸੇ ਬਾਬਾ ਸੁੱਖਾ ਸਿੰਘ ਅਤੇ ਮਹਿਤਾਬ ਸਿੰਘ ਹਰਿਮੰਦਰ ਸਾਹਿਬ ਜਦੋਂ ਮੱਸੇ ਰੰਗੜ ਡਾਂਸਰਾਂ ਨਚਾ ਰਿਹਾ ਅਤੇ ਉੱਥੇ ਸ਼ਰਾਬਾਂ ਦੇ ਦੌਰ ਚੱਲਦੇ ਨੇ, ਉੱਥੇ ਜਾ ਕੇ ਕਹਿੰਦੇ ਨੇ ਦੋਨੋਂ ਕੌਮ ਦੇ ਹੀਰੇ ਵੀ ਅਸੀਂ ਤਾਂ ਪੱਟੀ ਦੇ ਨੰਬਰਦਾਰ ਹਾਂ ਜੀ, ਜਦੋਂ ਕਿ ਇਹ ਸੱਚ ਨਹੀਂ। ਜਵਾਨ ਤੇ ਝੂਠ ਤੇ ਅੰਦਰ ਸੱਚ ਹੈ, ਭਾਵਨਾ ਸੱਚੀ ਹੈ। ਤੇ ਫਿਰ ਬਾਬਾ ਸੁੱਖਾ ਸਿੰਘ ਤੇ ਮਹਿਤਾਬ ਸਿੰਘ ਹੋਰੀ ਮੱਸੇ ਰੰਗੜ ਦਾ ਸਿਰ ਵੜਦੇ, ਤੇ ਉਹਨਾਂ ਨੂੰ ਅਸੀਂ ਸਚਿਆਰ ਗਰੁੱਪ 'ਚ ਸ਼ਾਮਲ ਕਰਦੇ ਹਾਂ, ਠੀਕ ਹੈ। ਇਸ ਲਈ ਪਾਤਸ਼ਾਹ ਸਪਸ਼ਟ ਕਰਦੇ ਨੇ ਕਿ ਤਿੰਨ ਕੇ ਮੁੱਖ ਦਰ ਉਜਲੇ ਜਿਨ ਹਰ ਹਿਰਦੈ ਸੱਚਾ ਭਾਵ ਹੈ, ਬਈ ਸੱਚ ਦਾ ਸੰਬੰਧ ਹਿਰਦੇ ਤੱਕ ਹੈ, ਠੀਕ ਹੈ। ਹੁਣ ਇੱਥੋਂ ਤੱਕ ਗੁਰੂ ਸਾਹਿਬ ਨੇ ਤਿੰਨ ਪੰਕਤੀਆਂ ਦੇ ਵਿੱਚ ਸਚਿਆਰ ਦੀ ਗੱਲ ਕੀਤੀ ਆ। ਅੱਗੇ ਫਿਰ ਕੂੜਿਆਰਾਂ ਦੀ ਭੈੜੀ ਹਾਲਤ ਬਿਆਨਦੇ ਨੇ, ਕੂੜਿਆਰ ਪਛਾਹਾਂ ਸੱਟੀਆਂ ਨ, ਕੂੜ ਹਿਰਦੈ ਕਪਟ ਮਹਾਂ ਦੁੱਖ ਪਾਵੈ, ਮੋਹ ਕਾਲੇ ਕੂੜਿਆਰੀਆਂ, ਕੂੜਿਆਰ ਕੂੜੋ ਹੋ ਜਾਵੇ, ਠੀਕ ਹੈ। ਅੱਛਾ, ਫਿਰ ਮਤਲਬ ਸਚਿਆਰ ਜਿਹੜਾ ਆ ਮਨੁੱਖ ਨੇ, ਸਿੱਖ ਨੇ ਕਿਸ ਤਰ੍ਹਾਂ ਬਣਨਾ ਆ, ਗੁਰਬਾਣੀ ਕਿਸ ਤਰ੍ਹਾਂ ਪ੍ਰੇਰਨਾ ਕਰਦੀ ਸੀ? ਸਾਫ਼ ਲਫ਼ਜ਼ਾਂ ਵਿੱਚ ਇਹ ਹੈ ਜੀ, ਦੇਖੋ ਗੁਰਬਾਣੀ ਮੁਤਾਬਕ ਜ਼ਿੰਦਗੀ ਜਿਉਂਦਾ ਹੋਇਆ ਬੰਦਾ ਸਚਿਆਰ ਹੈ। ਵੀ ਜੋ ਗੁਰਬਾਣੀ ਦਾ ਗਿਆਨ ਸਾਨੂੰ ਸਮਝ ਵਿੱਚ ਆਈ ਜਾ ਰਿਹਾ, ਕਿਉਂਕਿ ਸਾਡੇ ਜੀਵਨ ਦਾ ਇਹੀ ਇੱਕ ਮਸਲਾ, ਇਹੀ ਇੱਕ ਸਵਾਲ ਹੈ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਸ਼ਨ ਹੈ, ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟਾ ਪਾਲ, ਹੈ ਨਾ। ਗੁਰਬਾਣੀ ਜਿੰਨੀ ਸਾਡੀ ਸਮਝ ਵਿੱਚ ਆ ਰਹੀ ਹੈ ਉਹਨੂੰ ਅਸੀਂ ਪ੍ਰੈਕਟੀਕਲੀ ਜਿਉਣਾ ਸ਼ੁਰੂ ਕਰ ਦਿੰਦੇ ਹਾਂ, ਅਸੀਂ ਸਚਿਆਰ ਬਣ ਜਾਂਦੇ ਹਾਂ, ਅਤੇ ਗੁਰਬਾਣੀ ਤੋਂ ਐਂਟੀ ਜਦੋਂ ਚੱਲਦੇ ਹਾਂ ਤਾਂ ਅਸੀਂ ਕੁੜਿਆਰ ਬਣ ਜਾਂਦੇ ਹਾਂ, ਹਾਂਜੀ ਹਾਂਜੀ, ਠੀਕ ਹੈ। ਅਤੇ ਜਿਸ ਤਰ੍ਹਾਂ ਮਤਲਬ ਹੁਣ ਬਹੁਤ ਜ਼ਿਆਦਾ ਮਤਲਬ ਆਪਾਂ ਕੁੜਿਆਰ ਦੀ ਜਿਹੜੀ ਡੈਫੀਨੇਸ਼ਨ ਆ ਇਹਨੂੰ
ਕਿਸ ਤਰੀਕੇ ਨਾਲ ਅਸੀਂ ਆਪਣੇ ਆਪ ਨੂੰ ਮਤਲਬ ਸਮਝ ਸਕਦੇ ਹਾਂ ਵੀ ਅਸੀਂ ਕਿਤੇ ਕੁੜਿਆਰ ਤਾਂ ਨਹੀਂ ਬਣ ਰਹੇ, ਅਸੀਂ ਕੁੜਿਆਰ ਕੂੜ ਤਾਂ ਨਹੀਂ ਅਪਣਾਇਆ ਹੋਇਆ, ਇਹਨੂੰ ਅਸੀਂ ਕਿੱਦਾਂ ਆਪਣੇ ਆਪ 'ਤੇ ਕਿੱਦਾਂ ਲਾਗੂ ਕਰਦੇ? ਬਿਲਕੁਲ ਜੀ, ਇਹ ਆਪਾਂ ਚੈੱਕ ਕਰ ਸਕਦੇ ਹਾਂ, ਬੜਾ ਸੌਖਾ ਤਰੀਕਾ। ਦੇਖੋ, ਸ਼ੁਰੂਆਤ ਗੁਰੂ ਸਾਹਿਬ ਕਰਦੇ ਨੇ ਇੱਕ ਓਅੰਕਾਰ। ਗੁਰੂ ਸਾਹਿਬ ਕਹਿੰਦੇ ਨੇ ਵੀ ਪਰਮਾਤਮਾ ਇੱਕ ਹੈ ਅਤੇ ਵਿਆਪਕ ਹੈ। ਠੀਕ ਹੈ ਜੀ। ਜੇ ਤਾਂ ਮੈਂ ਇਸ ਗੱਲ ਨੂੰ ਮਹਿਸੂਸ ਕਰਦਾ ਪਰਮਾਤਮਾ ਇੱਕ ਹੈ, ਇੱਕ ਦਾ ਮੈਂ ਪੁਜਾਰੀ ਹਾਂ, ਅਕਾਲ ਦਾ ਪੁਜਾਰੀ ਹਾਂ, ਅਤੇ ਮੈਂ ਸਚਿਆਰ ਹਾਂ, ਅਤੇ ਜੇ ਮੈਂ ਇੱਕ ਪਰਮਾਤਮਾ ਨੂੰ ਛੱਡ ਕੇ ਐਰੇ ਗਰੇ ਨੱਥੂ ਖਰੇ ਦੇ ਗਿੱਟਿਆਂ 'ਚ ਨੱਕ ਰਗੜਦਾ ਫਿਰਦਾ, ਕਬਰਾਂ ਜੰਡਾਂ ਖੱਡਾਂ 'ਤੇ ਤੁਰਿਆ ਫਿਰਦਾ, ਜਾਂ ਫਿਰ ਪਖੰਡੀਆਂ ਦੀਆਂ ਜੁੱਤੀਆਂ ਪੂਜਦਾ ਫਿਰਦਾ, ਖੂੰਡੀਆਂ ਪੂਜਦਾ ਫਿਰਦਾ, ਇੱਥੋਂ ਤੱਕ ਮੈਂ ਮਾਫ਼ੀ ਚਾਹਾਂਗਾ, ਮੈਨੂੰ ਦੱਸਣਾ ਪੈਣਾ ਟੋਇਲਟਾਂ ਤੱਕ ਦੀ ਪੂਜਾ ਕਰਾ ਦਿੱਤੀ ਹੈ ਸਿੱਖਾਂ ਤੋਂ। ਕਈ ਪੰਜਾਬ ਦੇ ਵਿੱਚ ਇਹੋ ਜਿਹੇ ਸਥਾਨ ਬਣੇ ਆ ਜੀ ਜਿੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਵੀ ਸਿੱਖ ਮੱਥਾ ਟੇਕ ਰਿਹਾ, ਉਸ ਤੋਂ ਬਾਅਦ ਸਿੱਧਾ ਜਾ ਕੇ ਉਹ ਟੋਇਲਟ ਨੂੰ ਮੱਥਾ ਟੇਕ ਰਿਹਾ। ਅੱਛਾ, ਇਹ ਵੀ ਕੁਛ ਹੋ ਰਿਹਾ? ਹਾਂਜੀ ਹਾਂਜੀ, ਪੰਜਾਬ ਦੇ ਉਹ ਟੋਇਲਟ ਕੀ ਹੈ, ਮਤਲਬ ਕਿਹਨਾਂ ਦੀ ਟੋਇਲਟ ਹੈ? ਉਹ ਲੋਕ ਕਹਿੰਦੇ ਨੇ ਇਹ ਟੋਇਲਟ ਨਹੀਂ, ਇਹ ਪਵਿੱਤਰ ਟੋਇਲਟ ਹੈ। ਅੱਛਾ ਜੀ। ਕਿਉਂਕਿ ਇੱਥੇ ਮਹਾਂਪੁਰਖ ਜਾਂਦੇ ਰਹੇ ਆ। ਅੱਛਾ ਜੀ। ਇਹ ਇਸ ਲੈਵਲ ਦੇ ਜਿਹੜੇ ਸਿਸਟਮ ਨੇ, ਜੇ ਅਸੀਂ ਟੋਇਲਟਾਂ ਨੂੰ ਮੱਥੇ ਟੇਕ ਰਹੇ ਹਾਂ ਤੇ ਫਿਰ ਅਸੀਂ ਕੁੜਿਆਰ, ਜਦੋਂ ਕਿ ਪੂਜਾ ਅਕਾਲ ਦੀ ਤੇ ਸਾਨੂੰ ਗੁਰੂ ਸਾਹਿਬ ਨੇ ਲਾਏ। ਪੰਜਾਬ ਦੇ ਵਿੱਚ ਇਹੋ ਜਿਹੇ ਸਥਾਨ ਬਣੇ, ਬਕਾਇਦਾ ਉਹਨਾਂ ਨੂੰ ਪੂਰੀ ਏਜੰਸੀਆਂ ਵੱਲੋਂ ਸਪੋਰਟ ਹੈ, ਤੇ ਉਹ ਲੋਕਾਂ ਦੇ ਖਿਲਾਫ ਤੁਸੀਂ ਜਾ ਕੇ ਉੱਥੇ ਗੱਲ ਕਰਨੀ ਬੜਾ ਉੱਥੇ ਮੁਸ਼ਕਲ ਕੰਮ ਹੈਗਾ। ਅਸੀਂ ਇਹਦੇ ਬਾਵਜੂਦ ਵੀ ਗੁਰੂ ਸਾਹਿਬ ਦੀ ਬਖਸ਼ਿਸ਼ ਨਾਲ ਸਾਡੀ ਜਿਹੜੀ ਟੀਮ ਹੈ ਗੁਰਮਤਿ ਸੇਵਾ ਲਹਿਰ ਦੀ, ਪੂਰੀ ਅਸੀਂ ਕੋਸ਼ਿਸ਼ ਕਰਦੇ ਹਾਂ, ਜਾ ਕੇ ਕਾਫੀ ਫਰਕ ਵੀ ਪੈ ਰਿਹਾ। ਮਤਲਬ ਗੁਰਬਾਣੀ ਤੋਂ ਐਂਟੀ ਜਦੋਂ ਜਾਂਦੇ ਅਸੀਂ ਕੁੜਿਆਰ, ਜੇ ਪਰਮਾਤਮਾ ਇੱਕ ਦੀ ਗੱਲ ਹੈ, ਕੋਈ ਵੀ ਤੁਸੀਂ ਲੈ ਲਓ। ਹੁਣ ਗੁਰੂ ਸਾਹਿਬ ਕਹਿੰਦੇ ਨੇ ਜਾਣੋ ਜੋਤ ਨਾ ਪੁੱਛੋ ਜਾਤੀ ਆਗੇ ਜਾਤ ਨਾ ਹੈ, ਤੇ ਅਸੀਂ ਜਾਤਾਂ ਦੇ ਆਧਾਰ 'ਤੇ ਗੁਰਦੁਆਰਾ ਸਾਹਿਬ ਬਣਾਉਣੇ ਸ਼ੁਰੂ ਕਰਤੇ। ਇਹ ਵੀ ਕੁੜਿਆਰ ਦੀ ਪਰਿਭਾਸ਼ਾ। ਫਿਰ ਅਸੀਂ ਕੁੜਿਆਰ ਹੋ ਗਏ, ਰਵਿਦਾਸੀਆਂ ਦਾ ਗੁਰਦੁਆਰਾ, ਧਿਮਕਿਆਂ ਅਮਕਿਆਂ ਦਾ ਗੁਰਦੁਆਰਾ, ਰਾਮਗੜੀਆਂ ਦਾ, ਜੱਟਾਂ ਦਾ, ਭਾਪਿਆਂ ਦਾ, ਗੁਰੂ ਦਾ ਗੁਰਦੁਆਰਾ ਹੀ ਨਹੀਂ ਅਸੀਂ ਰਹਿਣ ਦਿੱਤਾ ਹੈ ਨਾ। ਅਤੇ ਕੋਈ ਵੀ ਗੱਲ ਹੈ, ਜੇ ਗੁਰੂ ਸਾਹਿਬ ਪਾਤਸ਼ਾਹ ਕਹਿ ਰਹੇ ਨੇ ਹੋਰ ਮਨਮੁੱਖ ਦਾਜ ਜੇ ਰੱਖ ਦਿਖਾ ਲੈ, ਕੋਈ ਵੀ ਪੰਕਤੀ ਲੈ ਲਓ, ਹਾਂਜੀ, ਹੋਰ ਮਨਮੁੱਖ ਦਾਜ ਜੇ ਰੱਖ ਦਿਖਾ ਲੈ, ਸੋ ਕੂੜ ਅਹੰਕਾਰ ਕੱਚ ਪਾਜੋ, ਵੀ ਉਹ ਹੰਕਾਰੀ ਹੈ, ਝੂਠਾ ਵਿਕਾਰੀ ਹੈ ਜਿਹੜਾ ਦਾਜ ਰੱਖ ਰੱਖ ਕੇ ਲੈ ਕੇ ਮੰਗ ਕੇ ਫਿਰ ਦਿਖਾਵਾ ਕਰ ਰਿਹਾ। ਅਤੇ ਜੇ ਅਸੀਂ ਇਹ ਕਰ ਰਹੇ ਹਾਂ ਤਾਂ ਅਸੀਂ ਕੁੜਿਆਰ ਹਾਂ, ਜਿੰਨੇ ਮਰਜ਼ੀ ਅਸੀਂ ਪਾਠ ਕਰਾਉਂਦੇ ਹਾਂ। ਇਹ ਤਾਂ ਸਾਡੇ ਸਮਾਜ 'ਚ ਵੀ ਬਹੁਤ ਜ਼ਿਆਦਾ ਨਜ਼ਰ ਨਹੀਂ ਆ ਰਿਹਾ ਵੀ ਜੋ ਕੁਛ ਜਿਹੜੀਆਂ ਤੁਸੀਂ ਗੱਲਾਂ ਕਰ ਰਹੇ ਹਾਂ, ਭਾਈ ਇੱਕ ਬੰਨੇ 'ਤੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਿਆ ਜਾ ਰਿਹਾ, ਦੂਜੇ ਪਾਸੇ ਟੋਇਲਟ ਨੂੰ ਮੱਥਾ ਟੇਕਿਆ ਜਾ ਰਿਹਾ, ਇੱਕ ਪਾਸੇ ਦਾਜ ਦਹੇਜ ਦੀ ਜਿਹੜੀ ਲਾਹਨਤ ਆ ਉਹ ਸਾਡੇ ਵਿੱਚ ਕਿੰਨੀ ਫੈਲੀ ਹੋਈ ਆ, ਇਹਦਾ ਮਤਲਬ ਵੀ ਇਹ ਸਾਰੇ ਕੁੜਿਆਰ ਦੀ ਕੈਟਾਗਰੀ 'ਚ ਹੀ ਆਉਂਦੇ ਫਿਰ ਅਸੀਂ ਬਹੁਤ ਜ਼ਿਆਦਾ। ਬਿਲਕੁਲ ਜੀ, ਕਿਉਂਕਿ ਅਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੂੰ ਮੱਥਾ ਤਾਂ ਟੇਕਦੇ ਹਾਂ, ਅਸੀਂ ਕਹਿੰਦੇ ਹਾਂ ਵੀ ਬਾਬਾ ਤੂੰ ਜਿਹੜਾ ਰੁਮਾਲਿਆਂ 'ਚ ਰਹਿ, ਤੇਰੀ ਅਸੀਂ ਗੱਲ ਨਹੀਂ ਸੁਣਨੀ, ਨਾ ਸਾਡੇ ਕੋਲ ਤੇਰੀ ਗੱਲ ਸੁਣਨ ਦਾ ਸਮਾਂ, ਤੂੰ ਜਿਹੜੀ ਗੱਲ ਸਮਝਾਉਣੀ ਉਹ ਭਾਈ ਜੀ ਅਸੀਂ 2100 'ਤੇ ਬਿਠਾਇਆ ਹੋਇਆ 3100 'ਤੇ, ਉਹਨੂੰ ਆਪੇ ਤੂੰ ਸਮਝਾ ਦੇ ਜੋ ਸਮਝਾਉਣਾ, ਸਾਡਾ ਫਾਇਦਾ ਐਂ ਕਰ ਦੇ ਬਸ 4 ਪੈਸਿਆਂ ਨਾਲ। ਮਤਲਬ ਕੀ ਹੈ ਵੀ ਅਸੀਂ ਇਹ ਅਫਸੋਸ ਦੀ ਗੱਲ ਆ, ਦੁੱਖ ਦੀ ਗੱਲ ਹੈ ਵੀ ਜਿਹੜਾ ਪਾਤਸ਼ਾਹ ਕਹਿੰਦੇ ਨੇ ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਅਸੀਂ ਉਸ ਖਜ਼ਾਨੇ ਨੂੰ ਖੋਲ ਕੇ ਵੇਖਣ ਦੀ ਥਾਵੇਂ, ਵਿਚਾਰ ਕੇ ਵੇਖਣ ਦੀ ਥਾਵੇਂ, ਮਤਲਬ ਸਿਰਫ ਪਾਠ ਪਠਣ ਤੱਕ ਹੀ ਸੀਮਿਤ ਰੱਖ ਲਿਆ, ਮਤਲਬ ਵਲੇਟ ਕੇ ਰੱਖ ਦਿੱਤਾ ਹੈ, ਹਾਂ ਵੀ ਉਹਨੂੰ ਸੰਤੋਖ ਕੇ ਰੱਖ ਦਿੱਤਾ ਹੈ। ਬਿਲਕੁਲ ਬਿਲਕੁਲ ਜੀ। ਅਤੇ ਇਹ ਇਸ ਦਲਦਲ 'ਚੋਂ ਸਿੱਖ ਨਿਕਲ ਕਿਸ ਤਰ੍ਹਾਂ ਸਕਦਾ ਹੈ? ਇਸ ਦਲਦਲ 'ਚੋਂ ਨਿਕਲਣ ਵਾਸਤੇ ਇੱਕ ਤਾਂ ਸਿੱਖ ਨੂੰ ਆਪਣੇ ਆਪ ਸੁਚੇਤ ਹੋਣਾ ਪੈਣਾ। ਠੀਕ ਹੈ। ਕਿਉਂਕਿ ਜਿਹੜੀਆਂ ਸਾਡੀਆਂ ਸਿੱਖਾਂ ਦੀਆਂ ਸਰਮੋਰ ਜਥੇਬੰਦੀਆਂ ਨੇ, ਜੇ ਅਸੀਂ ਉਹਨਾਂ ਵੱਲ ਨਿਗਾਹ ਮਾਰਦੇ ਹਾਂ ਤਾਂ ਉਹਨਾਂ ਦੀਆਂ ਜਿਹੜੀਆਂ ਹਰਕਤਾਂ ਨੇ ਉਹ ਇਹ ਦੱਸਦੀਆਂ ਨੇ ਵੀ ਉਹ ਹਰਕਤਾਂ ਜਿਹੜੇ ਉਹਨਾਂ ਲੋਕਾਂ ਦੀ ਸੁਰਤ ਸ਼ਬਦ ਦੀ ਥਾਂ 'ਤੇ, ਗੁਰੂ ਗਿਆਨ ਦੀ ਥਾਂ 'ਤੇ ਪੰਥ ਦੋਖੀਆਂ ਦੇ ਨਾਲ ਜੁੜ ਚੁੱਕੀ ਲੱਗਦੀ ਹੈ। ਠੀਕ ਹੈ। ਕਿਉਂਕਿ ਉਹਨਾਂ ਦੀਆਂ ਹਰਕਤਾਂ ਇਹ ਸਮਝਾਉਂਦੀਆਂ ਨੇ ਵੀ ਉਹ ਗੁਰੂ ਦੀਆਂ ਖੁਸ਼ੀਆਂ ਲੈਣ ਦੀ ਥਾਂ 'ਤੇ ਆਰ ਐੱਸ ਐੱਸ ਵਰਗੀਆਂ ਪੰਥ ਦੋਖੀ ਜਥੇਬੰਦੀਆਂ ਦੀਆਂ ਖੁਸ਼ੀਆਂ ਲੈਣ ਲਈ ਜ਼ਿਆਦਾ ਉਹ ਉਤਸ਼ਾਹਿਤ ਨੇ, ਤਤਪਰ ਨੇ। ਠੀਕ ਹੈ। ਇਸ ਲਈ ਉਹ ਹਮੇਸ਼ਾ ਉਹ ਕਾਰਵਾਈ ਕਰਦੇ ਨੇ ਜਿਹੜੀ ਆਰ ਐੱਸ ਐੱਸ ਨੂੰ ਪਸੰਦ ਆ, ਹੈ ਨਾ। ਜਿਵੇਂ ਮੈਂ ਇੱਕ ਉਦਾਹਰਣ ਦੇ ਕੇ ਸਪਸ਼ਟ ਕਰਨੀ ਚਾਹੁੰਦਾ, ਜਦੋਂ ਨਾਨਕਸ਼ਾਹੀ ਕੈਲੰਡਰ ਦੀ ਗੱਲ ਚੱਲੀ ਤਾਂ ਉਦੋਂ ਅੰਮ੍ਰਿਤਸਰ ਦੀ ਧਰਤੀ 'ਤੇ ਆ ਕੇ ਪ੍ਰਵੀਨ ਤੋਗੜੀ ਅਤੇ ਸੁਦਰਸ਼ਨ ਹੋਰਾਂ ਨੇ ਪ੍ਰੈਸ ਕਾਨਫਰੰਸ ਕਰਕੇ ਗੱਲ ਕਹੀ ਵੀ ਜੇ ਨਾਨਕਸ਼ਾਹੀ ਕੈਲੰਡਰ ਲਾਗੂ ਹੋਇਆ ਤਾਂ ਖੂਨ ਦੀਆਂ ਨਦੀਆਂ ਵਹਿ ਜਾਣਗੀਆਂ। ਅੱਛਾ, ਇਸ ਤਰ੍ਹਾਂ ਦੇ ਬਿਆਨ ਦਿੱਤੇ ਉਹਨਾਂ ਨੇ, ਬਿਆਨ ਦਿੱਤੇ ਜੀ ਸਾਰੇ, ਮੈਂ ਸਾਰਾ ਰਿਕਾਰਡ ਉਹ ਸਾਂਭ ਕੇ ਰੱਖਿਆ ਹੋਇਆ। ਠੀਕ ਹੈ। ਹੁਣ ਤੁਸੀਂ ਵੇਖੋ ਵੀ ਸਿੱਖਾਂ ਦਾ ਕੈਲੰਡਰ ਹੈ ਤੇ ਖੂਨ ਦੀਆਂ ਨਦੀਆਂ ਉਹ ਵਹਾਉਂਦੇ ਆ। ਉਸ ਤੋਂ ਬਾਅਦ ਉਹਨਾਂ ਨੇ ਕੀ ਕੀਤਾ, ਸਾਡੇ ਬੰਦੇ ਪੱਟ ਲਏ ਜਿਹਨਾਂ ਦੀ ਸੁਰਤ ਸ਼ਬਦ ਦੀ ਸਮੇਂ ਆਰ ਐੱਸ ਐੱਸ ਨਾਲ ਜੁੜੀ ਸੀਗੀ, ਇਹਨਾਂ ਨੂੰ ਅੱਗੇ ਕਰ ਲਿਆ, ਇਹਨਾਂ ਨੂੰ ਕਿਹਾ, ਇਹਨਾਂ ਨੂੰ ਵੀ ਉਹਨਾਂ ਨੇ ਸਮਝਾਤਾ ਕਿ ਤੁਸੀਂ ਕੋਈ ਵਿਚਾਰ ਨਾ ਕਰਿਓ। ਠੀਕ ਹੈ। ਤੁਸੀਂ ਇੱਕੋ ਹੀ ਰੌਲਾ ਪਾਉਣਾ, ਪੁਰਾਤਨਤਾ ਪੁਰਾਤਨਤਾ ਪੁਰਾਤਨਤਾ।
ਵੀ ਜੇ ਤੁਸੀਂ ਵਿਚਾਰ ਕਰ ਲਈ ਤੁਸੀਂ ਅੜ ਜਾਣੇ। ਅੱਜ ਨਾਨਕਸ਼ਾਹੀ ਕੈਲੰਡਰ ਦਾ ਵਿਰੋਧ ਉਹ ਲੋਕ ਕਰ ਰਹੇ ਨੇ ਜਿਹਨਾਂ ਨੂੰ ਕੈਲੰਡਰ ਲਿਖਣਾ ਵੀ ਨਹੀਂ ਆਉਂਦਾ, ਅੱਧਿਆਂ ਨੂੰ ਤਾਂ ਵੀ ਕਿਵੇਂ ਲਿਖਿਆ ਜਾਊਗਾ ਇਸ ਪੈਸੇ, ਮਤਲਬ ਸਾਰੇ ਚੂਰੀ ਵਾਲੇ ਹੀ ਹੋਣਗੇ, ਇਹ ਸਭ ਚੂਰੀ ਵਾਲੇ ਮਹਿਕਮਾ, ਠੀਕ ਹੈ, ਇਹ ਸਾਰੇ ਕੁੜਿਆਰ ਗਰੁੱਪ ਹੈ, ਹੈ ਨਾ। ਅਤੇ ਇਸ ਲਈ ਸਿੱਖ ਨੇ ਜੇ ਸਚਿਆਰ ਪਦ ਤੱਕ ਪਹੁੰਚਣਾ, ਸਚਿਆਰ ਪਦ ਤੱਕ ਪਹੁੰਚਾਉਣ ਵਾਲਾ ਸਿਰਫ ਗੁਰੂ ਹੈ। ਗੁਰੂ ਪਾਤਸ਼ਾਹ ਬਾਣੀ 'ਚ ਕਹਿੰਦੇ ਨੇ ਵਲਿਹਾਰੀ ਗੁਰ ਆਪਣੇ ਸਦ ਸਦ ਬਲ ਜਾਉ, ਗੁਰੂ ਬਿੱਟੋਂ ਹੋ ਵਾਰਿਆ ਜਿਸ ਮਿਲ ਸੱਚ ਸੁਆਉ। ਗੁਰੂ ਸਾਹਿਬ ਤੋਂ ਅਸੀਂ ਸਦਕੇ ਜਾਈਏ, ਵਲਿਹਾਰ ਜਾਈਏ, ਗੁਰੂ ਸਾਡਾ ਡੱਡ ਹੈ, ਗੁਰੂ ਸਾਡਾ ਮਹਾਨ ਹੈ, ਜਿਹੜਾ ਸਾਨੂੰ ਇਹੋ ਜਿਹੀ ਕੁੜਿਆਰ ਜਿਹੜੀ ਦਲਦਲ ਬੜੀ ਗੰਦੀ 'ਚ ਅਸੀਂ ਫਸੇ ਹੋਏ ਹਾਂ ਇਹਦੇ 'ਚੋਂ ਕੱਢ ਕੇ ਅਸੀਂ ਸਾਨੂੰ ਸਚਿਆਰ ਵਾਲੇ ਪਾਸੇ ਲੈ ਕੇ ਜਾਵੇ। ਹਾਂਜੀ, ਅੱਛਾ, ਇਸੇ ਤਰ੍ਹਾਂ ਮਤਲਬ ਜਿਹੜੀ ਇੰਨੀ ਦਲਦਲ ਦੇ ਵਿੱਚ ਅਸੀਂ ਫਸੇ ਹੋਏ ਹਾਂ, ਤੁਸੀਂ ਇਸ ਵੇਲੇ ਪੰਜਾਬ ਦੇ ਵਿੱਚ ਕਾਫੀ ਪ੍ਰਚਾਰ ਕਰ ਰਹੇ ਹਾਂ, ਉੱਦਮ ਕਰ ਰਹੇ ਹਾਂ, ਯਤਨ ਕਰ ਰਹੇ ਜੇ, ਅਤੇ ਇਹਦਾ ਕਿੰਨਾ ਕੁ ਰਿਸਪੋਂਸ ਮਿਲ ਰਿਹਾ ਆ? ਰਿਸਪੋਂਸ ਇਹ ਹੈ ਜੀ, ਦੇਖੋ ਨੌਜਵਾਨ ਵੀਰਾਂ ਵੱਲੋਂ ਤਾਂ ਜਾਂ ਭੈਣਾਂ ਵੱਲੋਂ, ਯੰਗ ਬਲੱਡ ਤਾਂ ਬਹੁਤ ਜ਼ਿਆਦਾ ਛੇਤੀ ਇਸ ਗੱਲ ਨੂੰ ਸਮਝ ਰਿਹਾ, ਠੀਕ ਹੈ, ਹਜ਼ਾਰਾਂ ਦੀ ਗਿਣਤੀ ਵਿੱਚ ਜਿਹੜੇ ਨੌਜਵਾਨ ਨੇ ਉਹ ਗੁਰਬਾਣੀ ਦਾ ਆਪ ਸਹਿਜ ਪਾਠ ਕਰ ਰਹੇ ਨੇ, ਬਜ਼ੁਰਗਾਂ 'ਤੇ ਵੀ ਅਸਰ ਪੈ ਰਿਹਾ ਪਰ ਉਹਨਾਂ 'ਤੇ ਘੱਟ ਹੋ ਰਿਹਾ, ਕਿਉਂਕਿ ਉਹ ਸ਼ੁਰੂ ਤੋਂ ਇਹ ਗੱਲਾਂ ਜਿਹੜੀਆਂ ਨੇ ਉਹਨਾਂ ਦੇ ਘਰ ਕਰ ਚੁੱਕੀਆਂ ਨੇ, ਜਿਹੜੀਆਂ ਗਲਤ ਗੱਲਾਂ ਨੇ, ਇਸ ਕਰਕੇ ਉਹ ਕਹਿੰਦੇ ਨੇ ਵੀ ਤੁਸੀਂ ਕੱਲ੍ਹ ਦੇ ਛੋਕਰੇ ਉੱਠੇ ਹੋ, ਇਹ ਕਿਹੜੀਆਂ ਤੁਸੀਂ ਨਵੀਆਂ ਗੱਲਾਂ ਸਾਨੂੰ, ਸਾਡੀਆਂ ਦਾੜੀਆਂ ਐਵੇਂ ਤਾਂ ਨਹੀਂ ਚਿੱਟੀਆਂ ਹੋ ਗਈਆਂ, ਠੀਕ ਹੈ, ਅਤੇ ਮਤਲਬ ਅਸਰ ਵੀ ਹੋ ਰਿਹਾ। ਪਰ ਇਹ ਹੈ ਜਿਹੜਾ ਓਵਰਆਲ ਅਸੀਂ ਦੇਖਦੇ ਹਾਂ, ਜਿਵੇਂ ਏਜੰਸੀਆਂ ਦਾ ਜ਼ੋਰ ਲੱਗਦਾ ਹੈ ਜਾਂ ਉਹ ਲੋਕ ਆਰਥਿਕ ਪੱਖੋਂ ਵੀ ਬੜੇ ਮਜ਼ਬੂਤ ਹੈਗੇ ਨੇ, ਉਹਨਾਂ ਕੋਲ ਸਾਧਨ ਇੰਨੇ ਨੇ, ਹੁਣ ਤੁਸੀਂ ਟੀ ਵੀ ਨੂੰ ਲਾ ਕੇ ਵੇਖੋ, ਇੰਡੀਆ ਦੇ ਵਿੱਚ ਕੋਈ ਟੀ ਵੀ ਲਾ ਲਓ ਉੱਥੇ ਜੋਤਿਸ਼ੀ ਚੱਲ ਰਹੇ ਨੇ, ਵਸਤੂ ਸ਼ਾਸਤਰ ਵਾਲੇ ਬੈਠੇ ਨੇ, ਜੇ ਸਾਡੇ ਸਿੱਖੀ ਦੇ ਚੱਲੇ ਨੇ ਤਾਂ ਉਹ ਸਿੱਖੀ ਦਾ ਵਿਗੜਿਆ ਹੋਇਆ ਰੂਪ ਜਿਹੜਾ ਉਹ ਪੇਸ਼ ਕਰ ਰਹੇ, ਉਹ ਚੱਲ ਰਿਹਾ ਉਹਦੇ 'ਤੇ, ਹੈ ਨਾ। ਅਤੇ ਸਾਡੇ ਜਿਹੜੇ ਤੱਤ ਦੀ ਗੱਲ, ਗੁਰਮਤ ਦੀ ਗੱਲ, ਸਿਧਾਂਤ ਦੀ ਗੱਲ ਕਰਨ ਵਾਲੇ ਬੰਦੇ ਨੇ, ਉਹਨਾਂ ਕੋਲ ਸਾਧਨ ਬਹੁਤ ਘੱਟ ਨੇ, ਹੈ ਨਾ। ਅਤੇ ਜੇ ਉਹਨਾਂ ਕੋਲ ਸਾਧਨ ਘੱਟ ਵੀ ਨੇ, ਅਤੇ ਦੂਸਰਾ ਜਿਹੜੀ ਸਪੋਰਟ NRI ਵੀਰਾਂ ਵੱਲੋਂ ਹੋ ਰਹੀ ਹੈ ਇੱਥੋਂ, ਉਹ ਹੋ ਰਹੀ ਹੈ ਜ਼ਿਆਦਾਤਰ ਪਖੰਡੀਆਂ ਨੂੰ, ਮੈਂ ਸਪਸ਼ਟ ਲਫ਼ਜ਼ਾਂ 'ਚ ਕਹੂੰਗਾ, ਹੈ ਨਾ। ਸਾਡੇ ਲੋਕ ਮਤਲਬ ਉੱਧਰਲੇ ਪਾਸੇ ਬਹੁਤ ਸਾਰੇ, ਸਾਡੇ ਭੈਣ ਭਰਾ ਜਦੋਂ ਇੱਥੋਂ ਜਾਂਦੇ ਨੇ ਪਖੰਡੀਆਂ ਦੇ ਡੇਰਿਆਂ 'ਤੇ ਜਾ ਕੇ 2-2 ਮਹੀਨੇ ਉੱਥੇ ਸੇਵਾ ਕਰਦੇ ਤੁਰੇ ਫਿਰਦੇ ਨੇ। ਅੱਛਾ, ਜਦੋਂ ਜੇ ਇੱਥੋਂ ਜਾਂਦੇ ਨੇ ਅਤੇ ਉੱਥੇ ਜਾਂਦੇ ਨੇ, ਅਤੇ ਇਹਦਾ ਮਤਲਬ ਇਹ ਨਹੀਂ ਹੋਇਆ ਵੀ ਜਦੋਂ ਇੱਥੋਂ ਲੋਕ ਜਾਂਦੇ ਨੇ ਅਤੇ ਜਿਹੜੇ ਉੱਥੇ ਉਹਨਾਂ ਦੇ ਭੈਣ ਭਰਾ ਰਹਿੰਦੇ ਆ ਉਹ ਵੀ ਉਹਨਾਂ ਡੇਰਿਆਂ ਦੇ ਨਾਲ ਹੋਰ ਪੱਕੇ ਹੁੰਦੇ ਹੋਣਗੇ? ਉਹਦੇ ਨਾਲ ਤਾਂ ਬਹੁਤ ਜ਼ਿਆਦਾ ਪ੍ਰਪੱਕ ਹੋ ਜਾਂਦੇ ਨੇ, ਉਹ ਲੋਕ ਸੋਚਦੇ ਨੇ ਵੀ ਯਾਰ ਕਨੇਡਾ ਵਾਲੇ, ਅਮੈਰੀਕਾ ਵਾਲੇ ਲੋਕ ਵੀ ਇਹਨਾਂ ਨੂੰ ਮੰਨਦੇ ਨੇ, ਬਾਹਰਲੇ ਮੁਲਕਾਂ ਵਾਲੇ, ਕਿਉਂਕਿ ਇੰਡੀਅਨ ਲੋਕਾਂ ਦੇ ਉੱਤੇ ਇਹ ਬਹੁਤ ਅਸਰ ਪੈਂਦੀ ਹੈ ਗੱਲ ਵੀ ਕਨੇਡਾ ਵਾਲੇ ਆਏ ਨੇ। ਤੁਸੀਂ ਤਾਂ ਇੱਕ ਟੈਲੀਫੋਨ ਕਰ ਦਿਓ ਉੱਥੇ ਆਮ ਬੰਦੇ ਨੂੰ, ਉਹਨੂੰ ਚਾਹ ਚੜ੍ਹ ਜਾਂਦਾ ਮੈਨੂੰ ਕਨੇਡਾ ਤੋਂ ਫੋਨ ਆਇਆ, ਠੀਕ ਹੈ, ਮਤਲਬ। ਅੱਛਾ, ਆਪਣੇ ਕੋਲ ਸਮਾਂ ਹੋਰ ਇਜਾਜ਼ਤ ਨਹੀਂ ਦਿੰਦਾ, ਅਤੇ ਆਪਣੇ ਕੋਲ ਇੱਕ ਮਿੰਟ ਆ, ਕੀ ਮੈਸੇਜ ਦੇਣਾ ਚਾਹੋਗੇ ਵੀ ਕਿਸ ਤਰੀਕੇ ਦੇ ਨਾਲ ਸਿੱਖ ਜਿਹੜਾ ਆ ਇਸ ਦਲਦਲ ਦੇ ਵਿੱਚੋਂ ਨਿਕਲੇ? ਅਤੇ ਮੈਂ ਸਮੁੱਚੇ ਸਰੋਤਿਆਂ ਨੂੰ ਇਹ ਬੇਨਤੀ ਕਰਨਾ ਚਾਹੂੰਗਾ ਵੀ ਅਸੀਂ ਕੁੜਿਆਰ ਤੋਂ ਸਚਿਆਰ ਬਣਨ ਦੇ ਲਈ ਸਾਨੂੰ ਸੱਚੇ ਸਤਿਗੁਰੂ ਦੀ ਜਿਹੜੀ ਬਾਣੀ ਆ, ਕਿਉਂਕਿ ਸਾਰੀਆਂ ਸਮੱਸਿਆਵਾਂ ਦਾ ਇੱਕੋ ਇੱਕ ਹੱਲ ਹੈ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੁੜਨਾ, ਅਤੇ ਸਾਰੀਆਂ ਸਮੱਸਿਆਵਾਂ ਦਾ ਕਾਰਨ ਵੀ ਇਹੀ ਹੈ। ਪਾਤਸ਼ਾਹ ਕਹਿੰਦੇ ਨੇ ਬਿਨ ਸ਼ਬਦ ਹੈ ਸਭ ਜਗ ਬੌਰਾਨਾ ਵਿਰਥਾ ਜਾਨੋ ਗਵਾਇਆ, ਵੀ ਅਸੀਂ ਆਪ ਗੁਰਬਾਣੀ ਪੜ੍ਹੀਏ ਅਤੇ ਆਪਣੇ ਭੈਣ ਭਰਾਵਾਂ ਨੂੰ ਇਹ ਮੈਸੇਜ ਦੇ ਦਈਏ, ਫਿਰ ਹੀ ਅਸੀਂ ਜਿਹੜਾ ਸਚਿਆਰ ਹੋ ਸਕਦੇ ਹਾਂ, ਅਤੇ ਸਾਨੂੰ ਜੋ ਗੁਰਬਾਣੀ ਸਮਝ ਆਉਂਦੀ ਹੈ ਉਹਨੂੰ ਪ੍ਰੈਕਟੀਕਲੀ ਮੰਨਣਾ ਸ਼ੁਰੂ ਕਰੀਏ ਨਾਲ ਦੀ ਨਾਲ, ਠੀਕ ਹੈ, ਲਾਗੂ ਕਰ ਲਈਏ, ਹੈ ਨਾ, ਫਿਰ ਹੀ ਅਸੀਂ ਜਿਹੜੀਆਂ ਸਚਿਆਰ ਬਣ ਸਕਦੇ ਹਾਂ, ਜਿਹੜਾ ਸਾਡਾ ਜ਼ਿੰਦਗੀ ਦਾ ਮਕਸਦ ਹੈ ਉਹ ਪੂਰਾ ਹੋ ਸਕਦਾ। ਭਾਈ ਹਰਜਿੰਦਰ ਸਿੰਘ ਜੀ, ਤੁਹਾਡਾ ਸਟੂਡੀਓ 'ਚ ਆਉਣ ਲਈ ਬਹੁਤ ਬਹੁਤ ਧੰਨਵਾਦ। ਸੋ ਸਾਧ ਸੰਗਤ, ਜਿਸ ਤਰ੍ਹਾਂ ਇਹਨਾਂ ਨੇ ਬੇਨਤੀ ਕੀਤੀ ਆ ਭਾਈ, ਸਾਨੂੰ ਸਾਰਿਆਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਨਾਲ ਆਪ ਜੁੜਨਾ ਚਾਹੀਦਾ। ਬੇਸ਼ੱਕ ਸਾਡੀਆਂ ਸੰਸਥਾਵਾਂ ਜਿਹੜੀਆਂ ਕਰਪਟ ਹੋ ਚੁੱਕੀਆਂ ਨੇ, ਅਸੀਂ ਸੰਸਥਾਵਾਂ ਵੱਲ ਨਾ ਵੇਖੀਏ, ਅਸੀਂ ਆਪ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੁੜੀਏ, ਅਤੇ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਸਿਧਾਂਤ ਆ, ਉਹਨਾਂ ਦੀ ਜਿਹੜੀਆਂ ਸਿੱਖਿਆਵਾਂ ਨੇ, ਉਹੀ ਸਾਨੂੰ ਸਚਿਆਰ ਬਣਾ ਸਕਦੀਆਂ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Bye.
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।